जेकर तुही भी घरां दे विच जां रसोईयां च सिलेंडर वरतदे हो ਤਾਂ ਇਹ ਵੀਡੀਓ ਹੁਣੇ ਦੇਖਣਾ ਕਰਕੇ ਜਿਹੜਾ ਆਪਣਾ ਸਿਲੰਡਰ ਫੜ ਸਕਦਾ ਵੀਡੀਓ ਨੂੰ ਘਰ ਘਰ ਤੱਕ ਪਹੁੰਚਾ ਦਿਓ ਮੇਰੇ ਵੀਰੋ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਸਿਲੰਡਰ ਆ ਇਹ ਜਿਹੜੇ ਅਕਸਰ ਹੀ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਿਲੰਡਰ ਉਹ ਫਟ ਜਾਂਦੇ ਆ ਕੁਝ ਕਾਰਨ ਹੁੰਦੇ ਆ ਜਿਨ੍ਹਾਂ ਕਾਰਨਾਂ ਕਰਕੇ ਜਿਹੜੇ ਸਿਲੰਡਰ ਜਿਹੜੇ ਫਟ ਜਾਂਦੇ ਆ ਕੁਝ ਕਾਰਨ ਜਿਹੜੇ ਪਿੱਛੋਂ ਕੰਪਨੀਆਂ ਲਵਾਉਂਦੇ ਆ ਉਹਨਾਂ ਕਾਰਨਾਂ ਕਰਕੇ ਜਿਹੜੇ ਸਿਲੰਡਰ ਫੜ ਜਾਂਦੇ ਆ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਸ ਤਰ੍ਹਾਂ ਜਿਹੜਾ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਕਿਹੜੀ ਜਿਹੜੀ ਸਾਵਧਾਨੀ ਵਰਤਣੀ ਆ ਸਿਲੰਡਰ ਲੈਣ ਲੱਗਿਆਂ ਢੋਲ ਜਦੋਂ ਗੈਸ ਸਿਲੰਡਰ ਆਪਾਂ ਲੈਣ ਜਾਂਦੇ ਹਾਂ ਉੱਥੋਂ ਲੈਣ ਲੱਗਿਆਂ ਕਿਹੜੀ ਸਾਵਧਾਨੀ ਵਰਤਣੀ ਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਰ ਘਰ ਤੱਕ ਪਹੁੰਚਾ ਦਿਓ ਭੈਣਾਂ ਤੱਕ ਪਹੁੰਚਾ ਦਿਓ ਰਸੋਈਆਂ ਤੱਕ ਪਹੁੰਚਾ ਦਿਓ ਰਸੋਈਆਂ ਵਿੱਚ ਕੰਮ ਕਰਨ ਵਾਲਿਆਂ ਤੱਕ ਪਹੁੰਚਾ ਦਿਓ ਤਾਂ ਜੋ ਇਹ ਜਾਣਕਾਰੀ ਸਹੀ ਤਰੀਕੇ ਨਾਲ ਸਭ ਤੱਕ ਪਹੁੰਚ ਸਕੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਢੋਲ ਬਾਰੇ ਇਸ ਦੇ ਉੱਪਰ ਇੱਕ ਨੰਬਰ ਲਿਖੇ ਹੋਇਆ ਜਿਨ੍ਹਾਂ ਦੀ ਜਾਣਕਾਰੀ ਆਪਾਂ ਨੂੰ ਨਹੀਂ ਹੁੰਦੀ ਸੋ ਆਓ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਆਹ ਜੋ ਤੁਸੀਂ ਢੋਲ ਦੇਖ ਰਹੇ ਹੋ ਇਸ 'ਤੇ ਇੱਕ ਨੰਬਰ ਲਿਖਿਆ ਹੋਇਆ ਹੈ A25 ਇਸ 'ਤੇ ਇੱਕ ਨੰਬਰ ਲਿਖਿਆ ਹੋਇਆ ਮੇਰੇ ਵੀਰੋ ਇਸ ਨੰਬਰ ਦਾ ਬਹੁਤ ਵੱਡਾ ਮਤਲਬ ਹੈ ਏ ਦਾ ਮਤਲਬ ਹੁੰਦਾ ਹੈ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਜੇਕਰ ਇੱਥੇ B ਆ ਤਾਂ B ਦਾ ਮਤਲਬ ਆ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਜੇਕਰ C ਆ ਤਾਂ C ਦਾ ਮਤਲਬ ਆ ਆਪਣੇ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਜੇਕਰ D ਆ ਤਾਂ D ਦਾ ਮਤਲਬ ਆ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਅੱਗੇ ਲਿਖਿਆ 25 ਇਹਦਾ ਮਤਲਬ ਆ ਕਿ ਇਹ ਜਿਹੜਾ ਜਨਵਰੀ 2025 ਤੱਕ ਜਿਹੜਾ ਸਿਲੰਡਰ ਸਹੀ ਆ ਅੱਗੇ ਤੁਸੀਂ ਆਪਣੇ ਘਰ ਦੇ ਸਿਲੰਡਰ ਦਾ ਜਿਹੜਾ ਨੰਬਰ ਦੇਖ ਲਿਆ ਜੇ ਤਾਂ ਜੋ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਪਤਾ ਲੱਗ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਚੰਗੀ ਜਾਣਕਾਰੀ ਸਾਰੇ ਭੈਣ ਭਰਾਵਾਂ ਤੱਕ ਪਹੁੰਚ ਸਕੇ ਇਸ 'ਤੇ ਉੱਪਰ ਲਿਖਿਆ ਆ 15.4 15 ਕਿਲੋ 400 ਗ੍ਰਾਮ ਇਸ ਦੇ ਵਿੱਚ ਜਿਹੜੀ ਗੈਸ ਹੁੰਦੀ ਆ ਸੋ ਮੇਰੇ ਵੀਰੇ ਘਰਾਂ ਦੇ ਵਿੱਚ ਛੋਟੇ ਛੋਟੇ ਕੰਡੇ ਲਿਆ ਕੇ ਰੱਖ ਲਓ ਤਾਂ ਜੋ ਆਪਾਂ ਇਹਨਾਂ ਚੀਜ਼ਾਂ ਦੀ ਲੁੱਟ ਤੋਂ ਜਿਹੜਾ ਬਚ ਸਕੀਏ ਹੋ ਸਕੇ ਤਾਂ ਆਪਣਾ ਯੂਟਿਊਬ ਚੈਨਲ ਸੁੱਖ ਲੱਟ ਜਾਂ ਫੇਸਬੁੱਕ ਪੇਜ ਜਿਹੜਾ ਸੁੱਖ ਲੱਟ ਜਾਂ ਉਸ ਨੂੰ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਾਣਕਾਰੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ